ਕਾਦੀਆਂ ਪੁਲਿਸ ਦੁਆਰਾ ਪ੍ਰਭਾਕਰ ਚੌਂਕ, ਰਾਮਪੁਰਾ ਚੌਂਕ, ਛੋਟਾ ਬਿਜਲੀ ਘਰ ਚੌਂਕ, ਸ਼ਹੀਦ ਭਗਤ ਸਿੰਘ ਚੌਂਕ, ਪੁਲਿਸ ਥਾਣਾ ਚੌਂਕ, ਡੱਲਾ ਮੋੜ, ਬੱਸ ਸਟੈਂਡ ਕਾਦੀਆਂ ਆਦਿ ਵਿੱਚ ਨਾਕੇਬੰਦੀ ਦੌਰਾਨ 12 ਮੋਟਰਸਾਈਕਲਾਂ ਦੇ ਚਲਾਨ ਕੱਟੇ ਗਏ ਅਤੇ 6 ਮੋਟਰਸਾਈਕਲ ਬਾਂਡ ਕੀਤੇ ਗਏ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਥਾਣਾ ਕਾਦੀਆਂ ਦੇ SHO ਪਰਮਿੰਦਰਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਸ਼ਾਂਤੀ ਬਣਾਈ ਰੱਖਣ ਅਤੇ ਲੁੱਟਾਂ ਖੋਹਾਂ ਅਤੇ ਕ੍ਰਾਈਮ ਨੂੰ ਖਤਮ ਕਰਨ ਲਈ ਨਾਕੇਬੰਦੀ ਕੀਤੀ ਗਈ ਹੈ। ਚਾਰ ਸਵੇਰੇ ਕਾਦੀਆਂ ਸ਼ਹਿਰ ਦੀ ਨਾਕਾਬੰਦੀ ਕਰਾ ਕੇ ਕੋਈ 4-5 ਮੋਟਰਸਾਈਕਲ ਬਾਉਂਡ ਕਰਾਏ ਆ, 10 ਕੁ ਦੇ ਕਰੀਬ ਚਲਾਨ ਕੱਟੇ ਆ ਅਤੇ ਚੈਕਿੰਗ ਚੱਲ ਰਹੀ ਆ। ਇਹਦੇ ਵਿੱਚ ਸ਼ਰਾਰਤੀ ਅੰਸਰ ਨੂੰ, ਮੂੰਹ ਬੰਨੇ ਵਾਲੇ ਨੂੰ, ਪਟਾਕੇ ਮਰਾਉਣ ਵਾਲੇ ਨੂੰ ਬਖਸ਼ਿਆ ਨਹੀਂ ਜਾਊਗਾ। ਪਟਾਕੇ ਤਾਂ ਲਗਭਗ ਕਾਦੀਆਂ ਤੋਂ ਬੰਦ ਹੋ ਗਏ ਆ, ਮੇਰਾ ਖਿਆਲ ਆ ਤੁਸੀਂ ਪਹਿਲਾਂ ਪਟਾਕੇ ਵੱਜਦੇ ਤੁਸੀਂ ਸੁਣਦੇ ਹੋਣਗੇ, ਜਦੋਂ ਦਾ ਮੈਂ ਆ ਜਿਹੜੇ ਪਟਾਕਿਆਂ ਵਾਲੇ ਦਾ ਪੱਕਾ ਕੰਮ ਬੰਦ ਆ, ਕੋਈ ਪਟਾਕਾ ਵੱਜਦਾ ਸੁਣਿਆ ਹੁਣ ਤੁਸੀਂ ਦੱਸ ਦਿਓ। ਤਾਂ ਵੀ ਅਮਨ ਸ਼ਾਂਤੀ ਨਾਲ ਹਰ ਸ਼ਹਿਰੀ ਦੇ ਜਿਉਣ ਦਾ ਹੱਕ ਆ, ਉਹਨੂੰ ਉਹਦਾ ਹੱਕ ਦਿੱਤਾ ਜਾਊਗਾ। ਹਾਂ, ਅਸੀਂ ਪਬਲਿਕ ਨੂੰ ਬੇਨਤੀ ਕਰਦੇ ਹਾਂ ਜਿਹੜੀ ਉਹ ਸਾਡਾ ਸਾਥ ਦੇਣ, ਆਹ ਨਸ਼ਿਆਂ 'ਚ ਵੀ ਸਾਡਾ ਸਾਥ ਦੇਣ, ਆ ਜਿਹੜੇ ਨਸ਼ਿਆਂ ਵਾਲੀ ਜਿਹੜੀ ਇਹਦੀ ਇਹਨੂੰ ਵੀ ਆਪਾਂ ਜੜ ਤੋਂ ਖਤਮ ਕਰਨਾ, ਇਹ ਲਾਂਤ ਜਿਹੜੀ ਆ ਖਤਮ ਕਰਨੀ ਹੈ ਅਤੇ ਇਹਦੇ 'ਚ ਸਾਡਾ ਸਹਿਯੋਗ ਦੇਣ, ਇਹਨੂੰ ਵੀ ਖਤਮ ਕਰ ਸਕੀਏ।